ਪੰਨੂ ਸਾਹਿਬ ਅੱਜ 1 ਸਾਲ ਮੁਕੰਮਲ ਹੋ ਗਿਆ ਜੀ ਕਿਸਾਨ ਆंदोलਨ ਨੂੰ ਪਿਛਲੇ ਸਾਲ ਮੈਨੂੰ ਯਾਦ ਹੈ ਜਦੋਂ ਅੱਜ ਦੇ ਦਿਨ ਅਸੀਂ ਗੱਲ ਕਰ ਰਹੇ ਸੀ ਉਦੋਂ ਰਿਪੋਰਟ ਇਹ ਸੀ ਕਿ ਕਿਸਾਨ ਜਦੋਂ ਜਾ ਰਹੇ ਸੀ ਹਰਿਆਣੇ ਦੇ ਬਾਰਡਰ ਤੇ ਕਿਸ ਤਰ੍ਹਾਂ ਪਾਣੀ ਦੀਆਂ ਬਿਛਾੜਾ ਮਾਰੀਆਂ ਗਈਆਂ ਤੇ ਕਿਸ ਹਿਸਾਬ ਨਾਲ ਕਿਸਾਨਾਂ ਵੱਲੋਂ ਫਿਰ ਬੈਰੀਕੇਡ ਤੋੜ ਕੇ ਅੱਗੇ ਵਧਿਆ ਗਿਆ ਹਰਿਆਣੇ ਦੇ ਕਿਸਾਨ ਕਿਵੇਂ ਪੰਜਾਬ ਦੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਲੱਗੇ ਸੋ ਉਹ ਸਾਰੀਆਂ ਖਬਰਾਂ ਉਸ ਤੋਂ ਬਾਅਦ ਪੂਰੇ ਸਾਲ ਦੌਰਾਨ ਜੋ ਡਿਵੈਲਪਮੈਂਟਸ ਹੋਈਆਂ ਉਹ ਤੁਸੀਂ ਬਹੁਤ ਹੀ ਬਾਖੂਬੀ ਤੇ ਬੜੀਆਂ ਡੀਟੇਲ ਦੇ ਵਿੱਚ ਸਾਂਝੀਆਂ ਕਰਦੇ ਰਹੇ ਹੋ ਅੱਜ 1 ਸਾਲ ਮੁਕੰਮਲ ਹੋਣ ਤੇ ਪੰਨੂ ਸਾਹਿਬ ਜਦ ਤੁਸੀਂ ਸਾਰੀ ਗੱਲ ਦੀ ਸਮੀਖਿਆ ਕਰਨੀ ਹੋਵੇ ਤਾਂ ਕੀ ਸਭ ਤੋਂ ਪਹਿਲੀ ਗੱਲ ਜ਼ਿਹਨ 'ਚ ਆਉਂਦੀ ਹੈ ਜੀ ਮੇਰੇ ਲਈ ਸਭ ਤੋਂ ਪਹਿਲੀ ਗੱਲ ਤਾਂ ਇਹ ਹੀ ਆਉਂਦੀ ਆ ਕਿ ਇਤਿਹਾਸ ਸਾਡੇ ਸਾਹਮਣੇ ਸਿਰਜਿਆ ਗਿਆ ਇੱਕ ਇੱਕ ਅਜਿਹਾ ਇਤਿਹਾਸ ਜਿਹਨੂੰ ਬਹੁਤ ਸਾਰੇ ਲੋਕ ਜਾਣਣਾ ਚਾਹੁੰਦੇ ਨੇ ਜਾਨਣਾ ਚਾਣਗੇ ਆਉਣ ਵਾਲੇ ਸਮੇਂ ਦੇ ਦੌਰਾਨ ਜਾਨਣਾ ਚਾਣਗੇ ਤੇ ਜਦੋਂ ਉਹ ਉਸ ਇਤਿਹਾਸ ਦੇ ਕੋਈ ਵਰਕੇ ਲਿਖਣੇ ਚਾਣਗੇ ਤੇ ਉਹ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਜ਼ਰੂਰ ਲੱਭਣਗੇ ਜਿਨ੍ਹਾਂ ਨੇ ਇਸ ਸਭ ਕਾਸੇ ਨੂੰ ਬਹੁਤ ਨੇੜੇ ਤੋਂ ਵੇਖਿਆ ਹੋਵੇ ਹਮਮ ਘੱਟੋ-ਘੱਟ ਇਸ ਗੱਲ ਦੀ ਅੱਜ ਬਹੁਤ ਤਸੱਲੀ ਹੈ ਵੀ ਜਿਹਦੀ ਮੈਂ ਰੀਅਲੀ ਤੁਹਾਨੂੰ ਆਪਣੇ ਦਿਲ ਤੋਂ ਕਹਿ ਰਿਹਾ ਕਿ ਇਸ ਚੀਜ਼ ਦੀ ਇੰਨੀ ਤਸੱਲੀ ਹੈ ਕਿ ਇਸ ਪੂਰੇ ਅੰਦੋਲਨ ਨੂੰ ਨਾ ਸਿਰਫ ਨੇੜੇ ਤੋਂ ਵੇਖਿਆ ਬਲਕਿ ਮੈਂ ਇੱਕ ਜਿਹੜਾ ਜੀ ਗੱਜ ਕੇ ਜਾਂ ਗੱਡ ਕੇ ਇਹ ਗੱਲ ਕਹਿ ਸਕਦਾ ਹਾਂ ਕਿ ਇਮਾਨਦਾਰੀ ਦੇ ਨਾਲ ਉਹਨੂੰ ਕਵਰ ਵੀ ਕੀਤਾ ਜੀ ਕਿਸੇ ਜਗ੍ਹਾ ਦੇ ਉੱਤੇ ਇਹ ਦਿਮਾਗ ਦੇ ਵਿੱਚ ਨਹੀਂ ਆਇਆ ਕਿ ਇਹਦੇ ਨਾਲ ਮੈਨੂੰ ਕੀ ਹੋ ਸਕਦਾ ਮੇਰਾ ਕੀ ਨੁਕਸਾਨ ਹੋ ਸਕਦਾ ਕਿਸੇ ਜਗ੍ਹਾ ਦੇ ਉੱਤੇ ਇਹ ਨਹੀਂ ਲੱਗਿਆ ਕਿ ਅਸੀਂ ਸ਼ੱਕ ਪ੍ਰਗਟ ਕਰੀਏ ਜੇ ਤੁਸੀਂ ਪੁਰਾਣੀਆਂ ਰਿਕਾਰਡਿੰਗਸ ਬਹੁਤ ਸਾਰੀਆਂ ਪਈਆਂ ਹੋਣਗੀਆਂ ਨੈਟ ਦੇ ਉੱਤੇ ਪਈਆਂ ਹੋਣਗੀਆਂ ਸੋਸ਼ਲ ਮੀਡੀਆ ਤੇ ਪਈਆਂ ਹੋਣਗੀਆਂ ਕਿਸੇ ਜਗ੍ਹਾ ਦੇ ਉੱਤੇ ਇਹ ਆਇਆ ਹੋਵੇ ਕਿ ਕਿੰਤੂ ਪਰੰਤੂ ਲੀਡਰਸ਼ਿਪ ਤੇ ਕੀਤਾ ਹੋਵੇ ਇੱਕੋ ਗੱਲ ਰਹੀ ਕਿ ਵਿਸ਼ਵਾਸ ਕਰੋ ਲੀਡਰਸ਼ਿਪ ਦੇ ਉੱਤੇ ਉਹ ਤੁਹਾਡਾ ਵਿਸ਼ਵਾਸ ਡੋਲਣ ਨਹੀਂ ਦੇਣਗੇ ਜੇ ਲੀਡਰਸ਼ਿਪ ਡੋਲੀ ਤਾਂ ਫਿਰ ਉਹਨੂੰ ਪੁੱਛਣ ਵਾਲੇ ਖੜੇ ਐ ਜੀ ਔਰ ਇਹ ਗੱਲ ਜਿਹੜੀ ਸੀਗੀ ਇਹਨੇ ਪ੍ਰੂਵ ਕਰ ਦਿੱਤਾ ਇਸ ਚੀਜ਼ ਨੂੰ ਹੁਣ ਜਦੋਂ ਇਹ ਤਿੰਨ ਖੇਤੀ ਕਾਨੂੰਨ ਵਾਪਸ ਹੋ ਚੁੱਕੇ ਹੋਏ ਆ ਫਾਰਮੈਲਿਟੀ ਰਹਿੰਦੀ ਆ ਅਗਲੇ ਦਿਨਾਂ ਦੇ ਦੌਰਾਨ ਇਹ ਪੂਰੀ ਹੋ ਜਾਣੀ ਆ ਜਿਹੜੀਆਂ ਬਾਕੀ ਮੰਗਾਂ ਨੇ ਉਹ ਮੰਨ ਲੈਣੀਆਂ ਨੇ ਸਰਕਾਰ ਨੇ ਇਹ ਸਭ ਨੂੰ ਪਤਾ ਉਹ ਇਸ ਕਰਕੇ ਮੰਨ ਲੈਣੀਆਂ ਕਿ ਜਿਹੜੀ ਵੱਡੀ ਗੱਲ ਸੀ ਅਕਸਰ ਬਹੁਤੇ ਲੋਕ ਕਹਿੰਦੇ ਸੀਗੇ ਕਿ ਨਹੀਂ ਇਹ ਅੜ ਗੇ ਇਹਨਾਂ ਨੂੰ ਅੜਨਾ ਨਹੀਂ ਚਾਹੀਦਾ ਸੀ ਜੋ ਸਰਕਾਰ ਦਿੰਦੀ ਸੀਗੀ 22 ਜਨਵਰੀ ਨੂੰ ਉਹ ਲੈ ਲੂ ਕੇ ਆ ਜਾਣਾ ਚਾਹੀਦਾ ਸੀ ਬਹੁਤੇ ਲੋਕ ਬਹੁਤ ਸਾਰੇ ਅੱਜ ਜਿੰਨੇ ਮਰਜ਼ੀ ਕਹੀ ਜਾਂਦੀ ਹੂੰ ਹੂੰ ਜਿਹੜੇ ਫੋਨ ਆਫ ਦੀ ਏਅਰ ਆਉਂਦੇ ਸੀ ਉਹ ਇਹੀ ਗੱਲ ਕਹਿੰਦੇ ਸੀਗੇ ਇਹ ਨੁਕਸਾਨ ਹੋ ਜਾਊਗਾ ਇਹਨਾਂ ਨੂੰ ਲੈ ਆਉਣਾ ਚਾਹੀਦਾ ਸੀ ਜੇ ਉਹ 2 ਸਾਲ ਲਈ ਰੱਦ ਕਰਦੇ ਸੀ 2 ਸਾਲ ਲਈ ਰੱਦ ਕਰਵਾ ਦਿੰਦੇ 3 ਸਾਲ ਲਈ ਰੱਦ ਕਰਦੇ ਸੀ 3 ਸਾਲ ਲਈ ਰੱਦ ਕਰਵਾ ਲੈਂਦੇ ਇਹ ਵੀ ਲੋਕ ਕਹਿੰਦੇ ਸੀ ਤੇ ਸਭ ਤੋਂ ਵੱਧ ਫੋਨ ਦੀ ਫਿਕਰਮੰਦੀ ਉਹਨਾਂ ਦਿਨਾਂ ਦੇ ਦੌਰਾਨ ਜਿਹੜੀ ਅਟੈਂਡ ਕੀਤੀ ਮੈਨੂੰ ਯਾਦ ਹੈ ਵੀ ਜਿਹੜੀ ਉਹ ਪੂਰੀ ਰਾਤ ਸੁੱਤੇ ਨਹੀਂ ਸਾਂ 26 ਜਨਵਰੀ ਤੋਂ ਬਾਅਦ ਵਾਲੀ ਜਿਹੜੀ ਰਾਤ ਸੀਗੀ ਜੀ ਉਹ ਸਮਾਂ ਇਸ ਤਰ੍ਹਾਂ ਦਾ ਸੀਗਾ ਜਿਹੜਾ ਸਭ ਤੋਂ ਔਖਾ ਸਮਾਂ ਸੀਗਾ ਔਖਾ ਤਾਂ ਉਹਨਾਂ ਨੂੰ ਪੁੱਛ ਕੇ ਦੇਖੋ ਜੀ ਜਿਨ੍ਹਾਂ ਨੇ ਇੱਕ ਸਾਲ ਪੂਰਾ ਸੜਕਾਂ ਦੇ ਉੱਤੇ ਕੱਢਿਆ ਰਾਤ ਹਨੇਰੀ ਆਉਂਦੀ ਪੂਰੀ ਦੀ ਪੂਰੀ ਛੰਨ ਉਡਾ ਕੇ ਲੈ ਜਾਂਦੀ ਤੇ ਇਹ ਉਹਨਾਂ ਲੋਕਾਂ ਦੇ ਮਨਾਂ ਦੇ ਉੱਤੇ ਮੂੰਹਾਂ ਦੇ ਉੱਤੇ ਭੋਰਾ ਵੀ ਗਿਲਾ ਨਾ ਹੁੰਦਾ ਤਸਵੀਰ ਨੂੰ ਉੱਠ ਕੇ ਉਹਨੂੰ ਉਹ ਫੇਰ ਜੋੜਨਾ ਸ਼ੁਰੂ ਕਰ ਦਿੰਦੇ ਤੇ ਜੋੜ ਕੇ ਉਹ ਬਹਿ ਜਾਂਦੇ ਜਿਹੜੇ ਲੋਕਲ ਲੋਕ ਨੇ ਉਹਨਾਂ ਦੀਆਂ ਕਹਾਣੀਆਂ ਜਿਹੜੀਆਂ ਇੰਟਰਨੈਸ਼ਨਲ ਮੇਨਸਟ੍ਰੀਮ ਮੀਡੀਆ ਜਿਹੜੀਆਂ ਉਹੋ ਜਿਹੀਆਂ ਕਹਾਣੀਆਂ ਉਹਨਾਂ ਦੇ ਵਿੱਚ ਆਈਆਂ ਉਹਨਾਂ ਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ ਆਈ ਥਿੰਕ ਇਹ ਜਿਹੜਾ ਜਿੱਥੋਂ ਤੱਕ ਅੰਦੋਲਨ ਆ ਉਹ ਬਹੁਤ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਊਗਾ ਜਿਹੜੇ ਉੱਥੇ ਰਹਿੰਦੇ ਲੋਕ ਆ ਜਦੋਂ ਇਹ ਕਿਸਾਨ ਆਗੇ ਤੁਸੀਂ ਦੇਖਣਾ ਉਹ ਲੋਕ ਇਹਨਾਂ ਨੂੰ ਕਿੰਨਾ ਮਿਸ ਕਰਨਗੇ ਉਹ ਇਸ ਪੱਖੋਂ ਜਿਨ੍ਹਾਂ ਦੇ ਢਿੱਡ ਭਰਨ ਲੱਗੇ ਹੂੰ ਜਿਨ੍ਹਾਂ ਨੂੰ ਇਹ ਉਮੀਦ ਹੀ ਨਹੀਂ ਸੀ ਕਿ ਉਹਨਾਂ ਦੇ ਕਦੇ ਟੈਸਟ ਵੀ ਹੋ ਸਕਦੇ ਆ ਉਹਨਾਂ ਦੇ ਟੈਸਟ ਹੋਏ ਜਿਸ ਦਿਨ ਇਹ ਜਾ ਕੇ ਬੈਠੇ ਆ ਉਸ ਤੋਂ ਅਗਲੇ ਦਿਨ ਮੈਂ ਉਸ ਜਗ੍ਹਾ ਦੇ ਉੱਤੇ ਪਹੁੰਚਿਆ ਸੀ ਇਹ ਨਹੀਂ ਪਤਾ ਲੱਗਦਾ ਸੀਗਾ ਕਿ ਇੰਨੇ ਸਟੂਡੈਂਟ ਜਿਹੜੇ ਐਮਬੀਬੀਐਸ ਦੇ ਆ ਉਹ ਨਾਲ ਹੀ ਆ ਗਏ ਇੰਨਾ ਟਰਾਲੀਆਂ ਦੇ ਜਾਂ ਅੱਗੋਂ ਆਏ ਪਿੱਛੋਂ ਆਏ ਉਹਨਾਂ ਨੇ ਕਿਵੇਂ ਥਾਂ ਥਾਂ ਦੇ ਉੱਤੇ ਆਪਣੇ ਟੇਬਲ ਜਿਹੜੇ ਸੀ ਉਹ ਸਟੈਬਲਿਸ਼ ਕਰ ਰਹੇ ਕਿਵੇਂ ਉਹਦੇ ਉੱਤੇ ਟੇਬਲਾਂ ਦੇ ਉੱਤੇ ਉਹਨਾਂ ਨੇ ਸਾਰੀਆਂ ਦਵਾਈਆਂ ਵੀ ਰੱਖ ਲਈਆਂ ਟੈਂਪਰੇਰੀ ਤੌਰ ਦੇ ਉੱਤੇ ਰੂਮ ਵੀ ਬਣਾ ਲਏ ਚੈੱਕ ਵੀ ਕਰਨ ਲੱਗ ਪਏ ਇੰਨੇ ਲੰਗਰ ਕਿੱਥੋਂ ਆ ਗਏ ਇੰਨੀ ਰਸਤ ਕਿੱਥੋਂ ਆ ਗਈ ਜਦੋਂ ਇਹ ਜਾਂਦੇ ਸੀਗੇ ਤੁਹਾਨੂੰ ਯਾਦ ਹੋਣਾ ਇੱਕ ਬਾਬੇ ਦੀ ਬੜੀ ਅ ਦੋ ਕ ਲਾਈਨਾਂ ਫੇਮਸ ਹੋਈਆਂ ਸੀ ਉਹਦੇ ਬਾਅਦ ਚ ਗਾਣਾ ਵੀ ਬਣ ਗਿਆ ਸੀ ਐਕਚੁਅਲੀ ਇਥੋਂ ਦੇ ਇੱਕ ਮੇਨ ਚੈਨਲ ਨੇ ਉਹ ਦਿਖਾ ਦਿੱਤਾ ਸੀਗਾ ਕਿ ਉਹ ਉਹਦਾ ਦੀ ਹਿੰਦੀ ਸੀਗੀ ਕਿ ਮੋਦੀ ਕੋ ਤੋਂ ਮੂਕੀਆਂ ਸੇ ਕੂਟੇਗਾ ਜਾ ਕੇ ਉਹ ਉਹ ਵੀ ਫੇਮਸ ਹੋ ਗਈ ਚੀਜ਼ ਔਰ ਖਾਸ ਤੌਰ ਦੇ ਉਤੇ ਜਦੋਂ ਜਦੋਂ ਵੀ ਜਿਹੜੀ ਚੀਜ਼ ਮੇਨ ਤੌਰ ਦੇ ਉਤੇ ਉੱਭਰੂਗੀ ਇਸ ਅੰਦੋਲਨ ਦੀ ਉਹ ਇਹ ਉੱਭਰੂਗੀ ਕਿ ਸਰਕਾਰ ਨੇ ਹਰ ਸੰਭਵ ਅਸੰਭਵ ਕੋਸ਼ਿਸ਼ ਕਰ ਲਈ ਪਰ ਇੱਕ ਤਾਂ ਲੀਡਰਸ਼ਿਪ ਡੋਲੀ ਨਹੀਂ ਉਹਨਾਂ ਨੇ ਹੌਸਲਾ ਨਹੀਂ ਛੱਡਿਆ ਦੂਸਰਾ ਉਹਨਾਂ ਨੇ ਜਵਾਨੀ ਨੂੰ ਸੰਭਾਲ ਕੇ ਰੱਖਿਆ ਉਹਦਾ ਨੁਕਸਾਨ ਨਹੀਂ ਹੋਣ ਦਿੱਤਾ ਨਹੀਂ ਤਾਂ ਅਦਰਵਾਈਜ਼ ਇੱਕ ਵਾਰੀ ਇਉਂ ਲੱਗਦਾ ਸੀਗਾ ਕਿ ਬਹੁਤ ਵੱਡਾ ਨੁਕਸਾਨ ਹੋਊਗਾ ਹਾਂ ਜੀ ਪੰਡਤ ਸਾਹਿਬ ਬਾਕੀ ਖਬਰਾਂ ਬਾਰੇ ਜੀ ਜ਼ਿਕਰ ਕਰੀਏ ਪੰਜਾਬ ਕਾਂਗਰਸ ਦਾ ਕਲੇਸ਼ ਹੋਰ ਵਧ ਗਿਆ ਹੁਣ ਸਿੱਧੂ ਤੇ ਜਾਖੜ ਉਲਝੋਏ ਉਲਝ ਪਏ ਨੇ ਆਪਸ ਵਿੱਚ ਬਿਲਕੁਲ ਜੀ ਐਕਚੁਅਲੀ ਇਹ ਘਟਣ ਦੀ ਜਗ੍ਹਾ ਦੇਤੇ ਡੇ ਬਾਏ ਡੇ ਵਾਧਾ ਹੀ ਤੁਰਿਆ ਜਾ ਰਿਹਾ ਜੀ ਇੱਕ ਕਿਸਮ ਦੇ ਨਾਲ ਜਿਹੜੇ ਆਪਣੇ ਨਵਜੋਤ ਸਿੰਘ ਸਿੱਧੂ ਨੇ ਅੱਜ ਉਹਨਾਂ ਨੇ ਸਵਾਲ ਚਰਨਜੀਤ ਸਿੰਘ ਚੰਨੀ ਹੁਰਾਂ ਦੀ ਸਰਕਾਰ ਦੇ ਉੱਤੇ ਤਾਂ ਉਠਾਈ ਦਿੱਤੇ ਉਠਾਉਂਦੇ ਹੀ ਨੇ ਰੋਜ਼ ਉਹ ਉਹਨਾਂ ਨੇ ਸੁਨੀਲ ਜਾਖੜ ਹੁਰਾਂ ਦੇ ਉੱਤੇ ਵੀ ਹਮਲਾ ਕਰ ਦਿੱਤਾ ਹੂੰ ਹੂੰ ਅ ਉਹਨਾਂ ਨੇ ਇਹ ਕਿਹਾ ਕਿ ਮੇਰੇ ਤੋਂ ਪਹਿਲਾਂ ਜਿਹੜੇ ਪ੍ਰਧਾਨ ਸੀਗੇ ਉਹ ਕਿਤੇ ਕਿੰਨੇ ਇੱਕ ਇਸ ਤਰ੍ਹਾਂ ਦੇ ਵਿਸ਼ੇ ਉਠਾਉਂਦੇ ਸੀ ਜਿਸ ਤਰ੍ਹਾਂ ਦੇ ਜਿਹੜੇ ਇਸ਼ੂ ਨੇ ਉਹ ਮੈਂ ਉਠਾਉਣਾ ਤੇ ਸੁਨੀਲ ਜਾਖੜ ਹੁਰਾਂ ਨੇ ਉਨ੍ਹਾਂ ਦਾ ਜਵਾਬ ਦਿੰਦਿਆਂ ਹੋਇਆ ਇੱਕ ਟਵੀਟ ਕਰ ਦਿੱਤਾ ਕਿ ਬੁੱਤ ਹਮ ਕੋ ਕਹੇ ਕਾਫਰ ਅੱਲਾਹ ਕੀ ਮਰਜ਼ੀ ਹੈ ਸੂਰਜ 'ਮੇ ਲਗੇ ਧੱਬਾ ਫਿਤਰਤ ਕੇ ਕਿਰਸ਼ਮੇ ਹੈ ਬਰਕਤ ਜੋ ਨਹੀਂ ਹੋਤੀ ਨੀਅਤ ਕੀ ਖਰਾਬੀ ਹੈ ਇਹ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਜਿਹੜਾ ਸੀ ਉਹ ਟਵੀਟ ਕਰ ਦਿੱਤਾ ਜਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਾਖੜ ਸਾਹਿਬ ਦੇ ਉੱਤੇ ਇਹ ਸ਼ਬਦੀ ਹਮਲਾ ਕੀਤਾ ਤਾਂ 2 ਐਮਐਲਏ ਕੁਲਵੀਰ ਸਿੰਘ ਜੀਰਾ ਤੇ ਵਰਿੰਦਰ ਮੀਤ ਪਾੜਾ ਨੇ ਇਹ ਗੱਲ ਕਹੀ ਕਿ ਨਵਜੋਤ ਸਿੰਘ ਸਿੱਧੂ ਹਰੀ ਵਿਸ਼ੇ ਤਾਂ ਠੀਕ ਉਠਾ ਰਹੇ ਆ ਹਮਮ ਪਰ ਉਹਨਾਂ ਨੂੰ ਇਹ ਸਵਾਲ ਪਾਰਟੀ ਫਾਰਮ ਦੇ ਉੱਤੇ ਉਠਾਉਣੇ ਚਾਹੀਦੇ ਆ ਨਾ ਕਿ ਮੀਡੀਆ ਦੇ ਉੱਤੇ ਜੀ ਔਰ ਇਹ ਇਸ ਕਰਕੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿਉਂਕਿ ਜਦੋਂ ਇੱਥੇ ਪਟਿਆਲੇ ਦੇ ਵਿੱਚ ਵੀ ਇਹ ਸਾਰੀ ਡਿਵੈਲਪਮੈਂਟ ਹੋਈ ਆ ਤੇ ਮੈਂ ਇੱਕ ਚੈਨਲ ਦੇ ਉੱਤੇ ਜਿਹੜੇ ਇੱਥੋਂ ਦੇ ਮੇਅਰ ਨੇ ਉਹਨਾਂ ਦੀ ਗੱਲ ਸੁਣ ਰਿਹਾ ਸੀਗਾ ਉਹਨਾਂ ਨੇ ਇੱਕ ਵੱਡਾ ਪੱਤਾ ਜਿਹੜਾ ਉਹ ਚੱਲਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਜਿਹੜੇ ਸਾਡੇ ਭਾਈਚਾਰੇ ਦੇ ਲੋਕ ਆ ਉਹਨਾਂ ਦੇ ਕਹਿਣ ਤੋਂ ਭਾਵ Hindu ਭਾਈਚਾਰਾ ਸੀ ਕਿ ਕਾਂਗਰਸ ਉਹਨਾਂ ਨੂੰ ਖੁੱਡੇ ਲਾਈਨ ਲਾ ਰਹੀ ਹੈ ਉਹ ਕਹਿੰਦੇ ਕੇ ਕੇ ਸ਼ਰਮਾ ਕੱਢ ਦਿੱਤਾ ਇਸ ਤੋਂ ਪਹਿਲਾਂ ਜਾਖੜ ਸਾਹਿਬ ਨੂੰ ਮੁੱਖ ਮੰਤਰੀ ਨਹੀਂ ਮੰਨ ਦਿੱਤਾ ਹੁਣ ਮੈਨੂੰ ਜਿਹੜਾ ਉਹ ਲਾ ਦਿੱਤਾ ਹਾਲਾਂਕਿ ਉਹਨਾਂ ਦੀ ਇਸ ਗੱਲ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਬਹੁਤਾ ਦਮ ਹੋਊਗਾ ਪਰ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਸੋ ਸੁਨੀਲ ਜਾਖੜ ਹੋਰਾਂ ਦੇ ਉੱਤੇ ਹਮਲਾ ਉਸ ਵੇਲੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੀਤਾ ਜਦੋਂ ਕਿ ਕਾਂਗਰਸ ਦੇ ਇੰਚਾਰਜ ਜਾਖੜ ਸਾਹਿਬ ਦੇ ਨਾਲ ਸੰਪਰਕ ਦੇ ਵਿੱਚ ਨੇ ਕਿਉਂ ਕਿਉਂਕਿ ਅਰਵਿੰਦ ਕੇਦਰੀਵਾਲ ਦੀਆਂ ਲਗਾਤਾਰ ਫੇਰੀਆਂ ਤੋਂ ਬਾਅਦ ਕਾਂਗਰਸ ਨੂੰ ਲੱਗਣ ਲੱਗਿਆ ਕਿ ਕਿਤੇ ਜਿਹੜੇ ਇੱਕ ਭਾਈਚਾਰੇ ਦੀ ਵੋਟ ਹੈ ਉਹ ਸਾਥੋਂ ਦੂਰ ਨਾ ਹੋ ਜੇ ਹੂੰ ਹੂੰ ਇਹ ਵੀ ਕਿਹਾ ਗਿਆ ਕਿ ਉਹਨਾਂ ਨੂੰ ਜਿਹੜੀ ਸਿਲੈਕਸ਼ਨ ਕਮੇਟੀ ਹੈ ਉਹਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਕੀ ਇਹ ਸਿਲੈਕਸ਼ਨ ਕਮੇਟੀ ਦੀ ਜ਼ਿੰਮੇਵਾਰੀ ਦੀਆਂ ਖਬਰਾਂ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹਰਾਂ ਨੇ ਜਾਣਬੁੱਝ ਕੇ ਅਟੈਕ ਕੀਤਾ ਜਖੜ ਸਾਹਿਬ ਤੇ ਸ਼ਾਇਦ ਯਸ ਹੂੰ ਹੂੰ ਅੱਛਾ ਪੰਨੂ ਸਾਹਿਬ ਇਹ ਦੱਸਿਓ ਜਿਹੜੇ ਕੱਚੇ ਮੁਲਾਜ਼ਮਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਉਹ ਤੋਂ ਇੰਨੇ ਜ਼ਿਆਦਾ ਖਿੱਚ ਗਏ ਡਿਪਟੀ ਮੁੱਖ ਮੰਤਰੀ ਰੰਧਾਵਾ ਸੁਖਜਿੰਦਰ ਰੰਧਾਵਾ ਆਪੇ ਤੋਂ ਬਾਹਰ ਹੋ ਗਏ ਕੀ ਹੋਇਆ ਜੀ ਐਕਚੁਅਲੀ ਦੇਖੋ ਇਹ ਇਹ ਲੋਕ ਉਹ ਨੇ ਜਿਨ੍ਹਾਂ ਨੇ ਡਿਗਰੀਆਂ ਇੱਥੋਂ ਲਈਆਂ ਨੇ ਇੱਥੋਂ ਪੜ੍ਹੇ ਨੇ ਉਹ ਪ੍ਰੋਪਰ ਤਰੀਕੇ ਦੇ ਨਾਲ ਨੌਕਰੀਆਂ ਤੇ ਗਏ ਨੇ ਉਹਨਾਂ ਨੂੰ ਵਾਅਦਾ ਕਰਕੇ ਇਹ ਲੈ ਕੇ ਆਏ ਸੀਗੇ 16 ਦੇ ਵਿੱਚ 17 ਵਾਲੀ ਜਦੋਂ ਸਰਕਾਰ ਆਉਂਦੀ ਹੈ ਇਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਉਹਨਾਂ ਨੂੰ ਪੱਕਿਆਂ ਕਰਨ ਦਾ ਵਾਅਦਾ ਕੀਤਾ ਹੂੰ ਹੂੰ ਇਹਨਾਂ ਸਾਰਿਆਂ ਨੂੰ ਹੁਣ ਲੱਗਦਾ ਕਿ ਜੇ ਅਗਲੇ 10 15 ਦਿਨਾਂ ਦੇ ਵਿੱਚ ਸਰਕਾਰ ਨੇ ਕੋਈ ਐਲਾਨ ਕਰ ਦਿੱਤਾ ਤਾਂ ਠੀਕ ਹੈ ਨਹੀਂ ਤਾਂ ਫਿਰ ਇਹਨਾਂ ਦਾ ਕੰਮ ਜਿਹੜਾ ਜੀ ਉਹ ਖਤਮ ਹੈ ਕਿਉਂਕਿ ਉਸ ਤੋਂ ਬਾਅਦ ਇਹਨਾਂ ਦੀ ਉਮਰਾਂ ਵੀ ਲੰਘ ਜਾਣੀਆਂ ਨੇ ਅਗਲੀ ਸਰਕਾਰ ਬਣੂਗੀ ਸਾਡੇ ਤਿੰਨ ਚਾਰ ਸਾਲ ਤਾ ਉਹ ਵੀ ਕੱਖ ਨਹੀਂ ਕਰਦੀ ਹੂੰ ਹੂੰ ਇਸ ਕਰਕੇ ਇਹਨਾਂ ਨੇ ਆਪਣੀ ਐਜੀਟੇਸ਼ਨ ਚੇਂਜ ਤੇਜ਼ ਕੀਤੀ ਹੋਈ ਆ ਹੂੰ ਹੂੰ ਸਰਕਾਰ ਦੇ ਵੱਡੇ ਵੱਡੇ ਹੋਲਡਿੰਗਸ ਲੱਗੇ ਆ ਕਿ ਅਸੀਂ ਕੱਚਾ 36000 ਕੰਮ ਆ ਪੱਕਾ ਕਰਤਾ ਦੂਜੇ ਪਾਸੇ ਵਿਰੋਧ ਕਰ ਰਹੇ ਆ ਜੇ ਤੁਸੀਂ ਪੱਕੇ ਕਰਤੇ ਤੇ ਫਿਰ ਇਹ ਕੌਣ ਨੇ ਜਿਹੜੇ ਵਿਰੋਧ ਕਰ ਰਹੇ ਆ ਜੀ ਅੱਜ ਵਿਰੋਧ ਕਰ ਰਹੇ ਸੀ ਮੁਕਸਰ ਦੇ ਵਿੱਚ ਕੋਈ ਇਹਨਾਂ ਨੇ ਹਿੱਟ ਨਹੀਂ ਮਾਰੀ ਕੋਈ ਇਹਨਾਂ ਨੇ ਡੰਡਾ ਨਹੀਂ ਮਾਰਿਆ ਗੱਡੀ ਦੇ ਉੱਤੇ ਹਾਂ ਐਗਰੈਸਿਵ ਹੋ ਕੇ ਗੱਡੀ ਦੇ ਮੂਹਰੇ ਕੁਝ ਲੋਕ ਆਏ ਹੂੰ ਹੂੰ ਗੱਡੀ ਦੇ ਵਿੱਚ ਜਿਹੜੇ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੀ ਸੀਗੇ ਤੇ ਗੱਡੀ ਦੇ ਵਿੱਚ ਡਿਪਟੀ ਮੁੱਖ ਮੰਤਰੀ ਜਿਨ੍ਹਾਂ ਕੋਲੇ ਗ੍ਰਹਿ ਮੰਤਰਾਲਾ ਸੁਖਜਿੰਦਰ ਸਿੰਘ ਰੰਧਾਵਾ ਵੀ ਸੀ ਐ ਰਾਜਾ ਵੜਿੰਗ ਹੋਰੀ ਉਤਰ ਕੇ ਆਏ ਉਹਨਾਂ ਨੇ ਇਹਨਾਂ ਨੂੰ ਸਮਝਾਉਣ ਦੇ ਯਤਨ ਕੀਤੇ ਗੱਲ ਕਰਨ ਦੇ ਯਤਨ ਕੀਤੇ ਇਹਨਾਂ ਨੇ ਸ਼ਾਂਤ ਵੀ ਕਰਾਤਾ ਜਿਹੜੀ ਕਿ ਨਾਹਰੇਬਾਜੀ ਬਹੁਤ ਤਿੱਖੀ ਹੋ ਰਹੀ ਸੀ ਉਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਉਤਰ ਕੇ ਆਏ ਵੀਡੀਓ ਮੈਂ ਆਪਣੇ ਪੇਜ ਤੇ ਪਾਈ ਆ ਉਹ ਤਾਂ ਉਹ ਆ ਕੇ ਇਕਦਮ ਫਿਰ ਤੈਸ਼ ਦੇ ਵਿੱਚ ਆ ਗਏ ਸੁਖਜਿੰਦਰ ਸਿੰਘ ਰੰਧਾਵਾ ਹੁਰੀ ਇਹ ਕਿਹਾ ਕਿ ਤੂੰ ਜੋ ਕਰਨਾ ਮੇਰਾ ਕਰ ਲਈ ਉਹ ਉਹਨਾਂ ਦੇ ਪ੍ਰਧਾਨ ਤੇ ਬਾਕੀਆਂ ਨੂੰ ਕਹਿ ਰਹੇ ਉਹ ਕਹਿੰਦੇ ਆ ਕਿ ਅਸੀਂ ਤਾਂ ਕੀ ਕਰਨਾ ਤੁਸੀਂ 4.5 ਸਾਲ ਜੋ ਕੀਤਾ ਹੁਣ ਸਾਡੀ ਵਾਰੀ ਆ ਕਿ ਜੇ ਤੁਸੀਂ ਨਹੀਂ 4.5 ਸਾਲ ਕੀਤਾ ਤੇ ਅਸੀਂ ਸਵਾਲ ਕਰਨੇ ਆ ਸੁਖਜਿੰਦਰ ਸਿੰਘ ਰੰਧਾਵਾ ਹੁਰੀ ਡਿਪਟੀ ਕਮਿਸ਼ਨਰ ਨੂੰ ਸੱਦ ਕੇ ਵੀਡੀਓ 'ਚ ਸੁਣਦੇ ਬਿਲਕੁਲ ਕਲੀਅਰ ਦਿਖਾਈ ਦੇ ਰਿਹਾ ਕਿ ਇਹਨਾਂ ਸਾਰਿਆਂ ਦੇ ਨਾਮ ਨੋਟ ਕਰੋ ਇਹਨਾਂ ਸਾਰਿਆਂ ਨੂੰ ਸਸਪੈਂਡ ਕਰ ਦਿਓ ਹੂੰ ਹੂੰ ਜਦੋਂ ਵੋਟਾਂ ਆ ਰਹੀਆਂ ਨੇ ਹੁਣ ਇਹ ਲੋਕ ਕਿੱਥੇ ਜਾਣਗੇ ਜੀ ਆਪਣੇ ਸਵਾਲਾਂ ਨੂੰ ਲੈ ਕੇ ਕੀ ਇਹ ਕਿਸੇ ਦੂਜੇ ਰਾਜ ਦੇ ਵਿੱਚ ਜਾ ਕੇ ਉੱਥੋਂ ਦੇ ਮੰਤਰੀ ਨੂੰ ਸਵਾਲ ਕਰਨਗੇ ਜਾਂ ਇੱਥੋਂ ਵਾਲਿਆਂ ਨੂੰ ਸਵਾਲ ਕਰਨਗੇ ਹੂੰ ਗ੍ਰਹਿ ਮੰਤਰੀ ਹੁਣ ਚਾਹੇ ਟਰਾਂਸਪੋਰਟ ਮੰਤਰੀ ਹੋਣ ਉਹਨਾਂ ਨੂੰ ਉਹਨਾਂ ਦਾ ਜਿਹੜਾ ਜੀ ਉਹ ਪੋਰਟਫੋਲੀਓ ਵੱਡਾ ਆ ਜੀ ਉਹ ਮੰਤਰੀ ਨੇ ਉਹਨਾਂ ਨੂੰ ਥਰਮੇ ਦੇ ਨਾਲ ਗੱਲ ਕਰਨੀ ਚਾਹੀਦੀ ਸੀ ਉਹ ਬੱਚਿਆਂ ਵਰਗੇ ਨੇ ਉਹਨਾਂ ਦੇ ਵੀ ਬੇਟਾ ਆਓ ਤੁਸੀਂ ਗੱਲ ਕਰੋ ਤੁਸੀਂ ਟਾਈਮ ਲੈ ਲਓ ਸਾਡੇ ਦਫ਼ਤਰ ਚ ਆ ਕੇ ਬੈਠੋ ਆਪਾਂ ਗੱਲ ਕਰ ਲੈਨੇ ਆਂ ਬਸ ਗੱਲ ਇੱਥੇ ਇੱਥੇ ਨਿਬੜ ਜਾਣੀ ਸੀ ਨਾ ਤੁਸੀਂ ਧਮਕੀ ਦੇ ਕੇ ਉਹਨਾਂ ਨੂੰ ਜਾ ਰਹੇ ਹੋ ਤੇ ਇਹ ਇਹ ਤਾਂ ਕਿਸੇ ਵੀ ਤਰੀਕੇ ਦੇ ਨਾਲ ਜਾਇਜ਼ ਨਹੀਂ ਨਾ ਕਿਹਾ ਜਾ ਸਕਦਾ ਉਹਨਾਂ ਨੇ ਭੜਕਣਾ ਹੀ ਸੀਗਾ ਉਹ ਜਿਹੜੇ ਕੱਲ ਭੜਕੇ ਨੇ ਗੁਰੂ ਹਰ ਸਹਾਏ ਦੇ ਵਿੱਚ ਉਹ ਵੀ ਕੱਚੇ ਮੁਲਾਜ਼ਮ ਸੀ ਉਹਦੇ ਐਫ ਆਈ ਆਰ ਦੀ ਕਾਪੀ ਮੇਰੇ ਕੋਲੇ ਜਿਹੜੀ ਉਹ ਆਨਲਾਈਨ ਭੇਜੀ ਆ ਉਹਨਾਂ ਨੇ 29 ਬੰਦਿਆਂ ਦੇ ਉੱਤੇ ਬਾਈ ਨੇਮ ਪਰਚਾ ਦਰਜ ਹੋ ਗਿਆ ਜੀ ਗੁਰੂ ਹਰ ਸਾਹਿਬ ਦੇ ਵਿੱਚ ਤੁਸੀਂ ਹੋਲਡਿੰਗਸ ਤਾਂ ਲਾਏ ਹੋਏ ਏਡੇ ਏਡੇ ਵੱਡੇ ਕਿ ਅਸੀਂ 36000 ਕੱਚੇ ਕੰਮੇ ਪੱਕੇ ਕਰਤੇ ਜੇ ਉਹ ਤੁਹਾਤੋਂ ਸਵਾਲ ਪੁੱਛ ਰਹੇ ਆ ਤੁਸੀਂ ਉਹਨਾਂ ਦੇ ਉੱਤੇ ਪਰਚੇ ਦਰਜ ਕਰਨ ਦੇ ਉੱਤੇ ਤੁਰਪੇ ਤੁਸੀਂ ਉਹਨਾਂ ਨੂੰ ਧਮਕੀਆਂ ਦੇਣ ਦੇ ਵਾਸਤੇ ਜਿਹੜਾ ਉਹ ਤੁਰਪੇ ਜੇ ਇਹ ਕਹਿੰਦੇ ਆ ਨਾ ਮੰਤਰੀ ਵੀ ਤੁਸੀਂ ਸਾਡਾ ਕੀ ਕਰ ਲੋਗੇ ਇਹ ਮੇਰੀ ਜਾਚੇ ਇਹ ਇਹ ਸਹੀ ਨਿਗਾ ਉਹਨਾਂ ਦਾ ਜਵਾਬ ਕਿਉਂਕਿ ਜੇ ਲੋਕ ਕਰਨ ਤੇ ਆਉਣ ਤੇ ਸਾਰੇ ਜਾਣਦੇ ਆ ਕਿ ਫਿਰ ਉਹ ਬਹੁਤ ਕੁਝ ਕਰ ਲੈਂਦੇ ਜੀ ਅੱਛਾ ਪਰਨੂ ਸਾਹਿਬ ਤੁਸੀਂ ਕੱਲ ਦੱਸਿਆ ਸੀ ਵੀ ਦਿੱਲੀ ਦੇ ਐਜੂਕੇਸ਼ਨ ਮਨਿਸਟਰ ਮਨੀਸ਼ ਸੋਦੀਆ ਤੇ ਅਦਰ ਪੰਜਾਬ ਦੇ ਐਜੂਕੇਸ਼ਨ ਮਨਿਸਟਰ ਪ੍ਰਗਟ ਸਿੰਘ ਟਵਿੱਟਰੋਂ ਟਵਿੱਟਰ ਹੀ ਹੋ ਰਹੇ ਨੇ ਤੇ ਉਹ ਸਿਲਸਿਲਾ ਹਲੇ ਵੀ ਜਾਰੀ ਆ ਬਿਲਕੁਲ ਜਾਰੀ ਆ ਜੀ ਦੋਨੋਂ ਲੱਗੇ ਹੋਏ ਆ ਵੈਸੇ ਮੈਂ ਸਮਝਦਾ ਜੀ ਕਿ ਇਹ ਬਹੁਤ ਪੋਜ਼ਿਟਿਵ ਹੈ ਕਿ ਘੱਟੋ ਘੱਟ এডਿਕੇਸ਼ਨ ਦੇ ਉੱਤੇ ਗੱਲ ਤਾਂ ਹੋਣੀ ਸ਼ੁਰੂ ਹੋਈ ਹੈ ਜੀ এডਿਕੇਸ਼ਨ ਦੇ ਮਾਮਲੇ ਦੇ ਉੱਤੇ ਗੱਲ ਹੋਣੀ ਸ਼ੁਰੂ ਹੋਈ ਹੈ ਐਕਚੁਅਲੀ ਮਨੀਸ਼ ਸੁਸ਼ੋਦੀਆ ਜਿਹੜੇ ਕਿ ਦਿੱਲੀ ਦੇ এডਿਕੇਸ਼ਨ ਮਿਨਿਸਟਰ ਨੇ ਤੇ ਪ੍ਰਗਟ ਸਿੰਘ ਹੋਰੀ ਪੰਜਾਬ ਦੇ এডਿਕੇਸ਼ਨ ਮਿਨਿਸਟਰ ਨੇ ਸਕੂਲਾਂ ਤੋਂ ਗੱਲ ਸ਼ੁਰੂ ਹੋਈ ਸੀਗੀ ਕਿ ਸਕੂਲ ਕਿਹਦੇ ਬਿਹਤਰ ਨੇ ਸਿੱਖਿਆ ਦਾ ਸਿਸਟਮ ਕਿਹਦਾ ਬਿਹਤਰ ਹੈ ਹੂੰ ਇਹ ਗੱਲ ਫਿਰ ਚਲਦੀ ਚਲਦੀ ਇੱਥੋਂ ਤੱਕ ਚਲੇਗੀ ਕਿ ਤੁਸੀਂ ਇਦਾਂ ਕਰੋ ਇਸ ਮਾਮਲੇ ਦੇ ਉੱਤੇ ਬਹਿਸ ਕਰ ਲਓ ਇਸ ਮਾਮਲੇ ਦੇ ਉੱਤੇ ਡਿਬੇਟ ਕਰ ਲਓ ਪ੍ਰਗਟ ਸਿੰਘ ਹੋਰਾਂ ਨੇ ਕਿਹਾ ਠੀਕ ਹੈ ਅਸੀਂ ਡਿਬੇਟ ਕਰਨ ਨੂੰ ਤਿਆਰ ਆ ਸ਼ਿਸ਼ੋਧਿਆ ਸਾਹਿਬ ਨੇ ਕਿਹਾ ਚੈਨਲ ਤੁਸੀਂ ਚੁਣ ਲਓ ਹੂੰ 10 ਤੁਸੀਂ ਸਕੂਲ ਚੁਣ ਲਓ 10 ਸੇ ਅਸੀਂ ਸਕੂਲ ਚੁਣ ਲੈਣੇ ਆ ਪ੍ਰਗਟ ਸਿੰਘ ਹੋਰਾਂ ਨੇ ਕਿਹਾ ਕਿ ਸਾਡੇ ਤਾਂ ਸਕੂਲ ਬਹੁਤ ਵੱਡੀ ਗਿਣਤੀ ਦੇ ਵਿੱਚ ਹੈ 2700 ਕੁਝ ਸਕੂਲ ਦਿੱਲੀ ਦੇ ਵਿੱਚ ਨੇ ਉਹ ਕਹਿੰਦੇ ਸਾਡੇ 27000 ਤੋਂ ਉੱਪਰ ਨੇ ਸ਼ਿਸ਼ੋਧਿਆ ਸਾਹਿਬ ਨੇ ਇਹ ਕਿਹਾ ਕਿ ਜਿੰਨੇ ਦਿੱਲੀ ਦੇ ਸਕੂਲ ਆ ਉਹ ਅਸੀਂ ਦਿੱਲੀ ਵਾਲੇ ਲੈ ਆਉਨੇ ਆ ਹੂੰ ਹੂੰ ਤੁਸੀਂ ਉਹਨੇ ਪੰਜਾਬ ਦੇ ਲੈ ਆਓ ਤੇ ਆਪਾਂ ਕਿਸੇ ਚੈਨਲ ਦੇ ਉੱਤੇ ਬੈਠ ਕੇ ਡਿਬੇਟ ਕਰ ਲੈਨੇ ਆ ਨਾਲ ਮੀਡੀਆ ਦੀ ਟੀਮ ਲੈਨੇ ਆ ਪਹਿਲਾਂ ਉਹ ਪੰਜਾਬ ਦੇ ਸਕੂਲ ਦੇਖ ਲੈ ਬਾਅਦ ਚ ਦਿੱਲੀ ਦੇ ਦੇਖ ਦੇ ਪਹਿਲਾਂ ਦਿੱਲੀ ਦੇ ਦੇਖ ਲੈ ਬਾਅਦ ਚ ਦਿੱਲੀ ਦੀ ਦੇਖ ਲੈ ਦਿੱਲੀ ਦੇ ਸਕੂਲ ਦੇਖ ਲਵੇ ਤਾਂ ਇਹ ਅਜੇ ਗੱਲ ਵੈਸੇ ਤਣਪੱਤਨ ਤਾਂ ਲੱਗੀ ਨਹੀਂ ਮੈਨੂੰ ਨਹੀਂ ਲੱਗਦਾ ਕਿ ਇਹ ਗੱਲ ਤਣਪਤਣ ਲੱਗੂਗੀ ਕਿਉਂਕਿ ਜੇ ਇਹ ਗੱਲ ਗਾਂ ਤੁਰਦੀ ਹੈ ਇਹ ਸਭ ਨੂੰ ਬਤਾ ਕਿ ਪੰਜਾਬ ਦਾ ਐਜੂਕੇਸ਼ਨ ਸਿਸਟਮ ਜਿਹੜਾ ਉਹ ਡਾਵਾ ਡੋਲਾ ਬਹੁਤ ਬੁਰੇ ਤਰੀਕੇ ਦੇ ਨਾਲ ਡਾਵਾ ਡੋਲਾ ਜਿਹੜੇ ਤਰੀਕੇ ਦੇ ਨਾਲ ਇਹ ਪਿਛਲੇ ਦਿਨਾਂ ਦੇ ਵਿੱਚ ਐਜੂਕੇਸ਼ਨ ਮਾਮਲੇ ਤੇ ਪਹਿਲੇ ਨੰਬਰ ਤੇ ਲਿਆਂਦਾ ਗਿਆ ਨਾ ਮੇਰੇ ਕੋਲ ਇਹਦਾ ਪੂਰਾ ਵਿਸਥਾਰ ਹੈ ਅਪਾ ਕਿਸੇ ਦਿਨ ਗੱਲ ਕਰ ਲਾਂਗੇ ਹੁਣ ਅੱਜ ਥੋੜਾ ਜਿਹਾ ਟੈਕਨੀਕਲ ਥੋੜੀ ਪ੍ਰੋਬਲਮ ਆਉਣ ਕਰਕੇ ਸਮਾਂ ਘੱਟ ਰਹਿ ਗਿਆ ਨਹੀਂ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਪਹਿਲੇ ਨੰਬਰ ਤੇ ਕਿਵੇਂ ਲਿਆਂਦਾ ਗਿਆ ਪਰ ਇਹ ਇੱਕ ਮੈਂ ਇਹਨੂੰ ਤੰਦਰੁਸਤ ਬਹਿਸ ਮੰਨਦਾ ਅਜਿਹੀ ਬਹਿਸ ਹੋਣੀ ਚਾਹੀਦੀ ਹੈ ਬਾਕੀ ਸੂਬਿਆਂ ਦੇ ਨਾਲ ਕੰਪੈਰੀਜ਼ਨ ਵਾਲੇ ਮਾਮਲੇ ਦੇ ਵਿੱਚ ਹੈਲਥ ਦੇ ਉੱਤੇ ਵੀ ਹੋਣੀ ਚਾਹੀਦੀ ਤੇ ਐਜੂਕੇਸ਼ਨ ਤੇ ਵੀ ਹੋਣੀ ਚਾਹੀਦੀ ਹੈ ਸਹੀ ਗੱਲ ਆ ਤੁਹਾਡੇ ਬਨੂ ਸਾਹਿਬ ਐਟਲੀਸਟ ਪਾਲਿਸੀ ਤੇ ਗੱਲ ਤੇ ਹੋ ਰਹੀ ਹੈ ਪਰਸਨਲ ਅਟੈਕ ਤੇ ਨਹੀਂ ਹੋ ਰਹੀ ਜੀ ਜੀ ਅੱਛਾ ਪੰਨੂ ਸਾਹਿਬ ਦੱਸਿਓ ਬੇਅਦਬੀ ਵਾਲੇ ਮਾਮਲੇ 'ਚ ਵਿਪਾਸ਼ਨਾ ਇਨਸਾਨੇ ਸਿੱਟਮੂਰੇ ਪੇਸ਼ ਹੋਣਾ ਸੀ ਪਰ ਹੋਏ ਨਹੀਂ ਅ ਹੋਏ ਨਹੀਂ ਹੋਣੇ ਨਹੀਂ ਸੀਗੇ ਜੀ ਉਹਦਾ ਕਾਰਨ ਇਹ ਹੈ ਕਿ ਵਿਪਾਸ਼ਨਾ ਇਨਸਾ ਕਿਤੇ ਦਿਸੀ ਨਹੀਂ ਜੀ ਹੂੰ ਬਹੁਤ ਦੇਰ ਪਹਿਲਾਂ ਜਦੋਂ ਜੇ ਤੁਹਾਨੂੰ ਯਾਦ ਹੋਵੇ ਤਾਂ ਜਦੋਂ ਇਹਦੀ ਗ੍ਰਿਫਤਾਰੀ ਹੁੰਦੀ ਆ ਉਸ ਤੋਂ ਬਾਅਦ ਉਹਦਾ ਕੋਈ ਥੋ ਪਤਾ ਨਹੀਂਗਾ ਉਹ ਕਿਸੇ ਵੀ ਖਬਰ ਦੇ ਵਿੱਚ ਨਹੀਂ ਗਈ ਅ ਇਸ ਮਾਮਲੇ ਦੇ ਤੇ ਸਿੱਟ ਦੇ ਸੰਮਣ ਦੇਣ ਦੇ ਬਾਵਜੂਦ ਡੇਰੇ ਦੇ ਵਿੱਚੋਂ ਜਿਹੜੇ ਉਹਨਾਂ ਦੇ ਅਧਿਕਾਰੀ ਨੇ ਉਹ ਪੇਸ਼ ਨਹੀਂ ਹੋਏ ਕਿਉਂਕਿ ਉਹਨੇ ਇੱਕੋ ਗੱਲ ਸਾਰੇ ਮੈਂ ਉਦੋਂ ਤੁਹਾਨੂੰ ਸਵਾਲ ਜਵਾਬ ਦੱਸੇ ਸੀਗੇ ਕਿ ਉਹ ਹਰੇਕ ਕੱਲ ਦੇ ਉੱਤੇ ਕਹਿੰਦਾ ਮੈਨੇਜਮੈਂਟ ਨੂੰ ਪਤਾ ਹੋਊਗਾ ਹੁਣ ਮੈਨੇਜਮੈਂਟ ਦੇ ਵੱਲੋਂ ਪਹੁੰਚਿਆ ਕੋਈ ਨਹੀਂ ਜਿਹੜਾ ਪੀਆਰ ਨੇਨ ਹੈ ਉਹਨੇ ਤਾਂ ਮੈਡੀਕਲ ਭੇਜਤਾ ਚੇਅਰ ਪਰਸਨ ਵਿਪਾਸਨਾ ਇਨਸਾ ਦੇ ਵੱਲੋਂ ਕੋਈ ਜਾਣਕਾਰੀ ਨਹੀਂ ਆਈ ਸਿਟ ਨੇ ਉਹਨੂੰ ਉਹਨੂੰ ਤੀਜੀ ਵਾਰੀ ਸੰਮਣ ਹੁਣ ਫੇਰ ਕਰੂਗੀ ਜੇ ਫੇਰ ਵੀ ਪੇਸ਼ ਨਹੀਂ ਹੁੰਦੀ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਅਜੇਹਾ ਸਿੱਟ ਨੇ ਆਖਿਆ ਸਿੱਟ ਦੇ ਪ੍ਰਮੁੱਖ ਆਈਜੀ ਐਸਪੀਐਸ ਪਰਮਾਰ ਹੋਰਾਂ ਨੇ ਇਹ ਕਿਹਾ ਕਿ ਦੋ ਵਾਰੀ ਪਹਿਲਾਂ ਵੀ ਉਹਨੂੰ ਸੰਮਣ ਤੇ ਜਾ ਚੁੱਕੇ ਆ ਜੇ ਉਹ ਨਹੀਂ ਆਉਂਦੀ ਅਗਲੀ ਵਾਰੀ ਤਾਂ ਮਜਬੂਰਨ ਪੁਲਿਸ ਕਾਰਵਾਈ ਕਰਨੀ ਪਾਊਗੀ ਜੀ ਹੂੰ ਤੇ ਪੰਨੂ ਸਾਹਿਬ ਅੱਜ ਨਵਾ ਕੀ ਹੈ ਜੀ ਕਿ ਪੈਸਾ ਕੋਲ ਕੋਈ ਨਾ ਚੱਲਦਾ ਦੇਸ਼ ਕਿਦਾਂ ਫਸਿਆ ਮੁਲਕ ਹੈ ਜੀ ਪਾਕਿਸਤਾਨ ਬੇਲੀ ਹੂੰ ਪੈਸਾ ਕੋਲ ਕੋਈ ਨਾ ਚੱਲਦਾ ਦੇਸ਼ ਕਿਦਾਂ ਫਸਿਆ ਮੁਲਕ ਹੈ ਜੀ ਪਾਕਿਸਤਾਨ ਬੇਲੀ ਭੋਰਾ ਚਾ ਨਾ ਰਿਹਾ ਜੀ ਅਉਧਿਆਂ ਦਾ ਥਾਂ-ਥਾਂ ਕਲਪ ਦਾ ਫਿਰੇ ਇਮਰਾਨ ਬੇਲੀ ਹੂੰ ਹੂੰ ਆਟੇ ਦਾਲ ਦੀ ਘਾਟ ਜੀ ਬਹੁਤ ਆਈ ਮੁਸ਼ਕਲ ਬਹੁਤ ਹੈ ਕਰਨ ਗੁਜਰਾਨ ਬੇਲੀ ਪਲਟਾ ਫੌਜ ਨਹੀਂ ਮਾਰਦਾ ਤਾੜ ਵੇੜਾ ਇਹ ਹੀ ਉਹ ਸੰਸਾ ਸਕਾਉਂਦਾ ਜਾਨ ਬੇਲੀ ਹੂੰ ਹੂੰ ਪਛੋ ਤਾਵੇ ਪਿਆ ਬਹੁਤ ਇਮਰਾਨ ਕਹਿੰਦੇ ਬੈਠਾ ਕੁਰਸੀ ਨੂੰ ਸਹਨਤ ਜੀ ਮਾਰ ਬੇਲੀ ਹੂੰ ਹੂੰ ਪਛੋ ਤਾਵੇ ਪਿਆ ਬਹੁਤ ਇਮਰਾਨ ਕਹਿੰਦੇ ਬੈਠਾ ਕੁਰਸੀ ਨੂੰ ਸਹਨਤ ਜੀ ਮਾਰ ਬੇਲੀ ਕਰਗੇ ਕਈ ਕਮਾਈਆਂ ਨੇ ਵੇਖ ਮੌਕਾ ਮੁਸ਼ਕਲ ਆਈ ਤਾਂ ਨਿਵੇ ਨਾ ਯਾਰ ਬੇਲੀ ਜੀ ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ ਅਗਲੇ ਹਫਤੇ ਫੇਰ ਗੱਲ ਕਰਦੇ ਹਾਂ ਜੀ ਹੈਵ ਅ ਨਾਈਸ ਵੀਕਐਂਡ ਮਿਹਰਬਾਨੀ ਜੀ ਧੰਨਵਾਦ ਜੀ ਸੇਮ ਥੀਊ ਥੈਂਕ ਯੂ ਜੀ